ਸਤਿ ਸ੍ਰੀ ਅਕਾਲ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਵਨਦੀਪ ਸਿੰਘ ਵਾਰੀ ਫੇਰ ਹਾਜ਼ਰ ਹਾਂ ਤੁਹਾਡੀ ਆਪਣੀ ਜਨਰਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰੰਦ ਇੱਕ ਵਾਰ ਤੋਂ ਫੇਰ ਇਹ ਚੈਨਲ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰクエスト ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਦੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਹੋਣ ਬਾਈ ਲੈਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੀ ਸੋ ਇਸ ਚੈਨਲ ਉੱਤੇ ਪੀਐਸਟੈਟ ਸੀਟੈਟ ਮਾਸਟਰ ਗ੍ਰੈਜੂਏਟਡ ਐਂਟੀਟੀ ਤੇ ਪਟਵਾਰੀ ਦੇ ਨਾਲ ਸੰਬੰਧਿਤ ਜਿਹੜ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ 6th ਕਲਾਸ ਦਾ ਜੋ 7th ਨੰਬਰ ਚੈਪਟਰ ਹੈ ਕਲਾਈਮੇਟ ਵੇਜੀਟੇਸ਼ਨ ਐਂਡ ਵਾਈਲਡ ਲਾਈਫ ਉਸ ਦੇ ਨਾਲ ਰਿਲੇਟਡ ਜਿਹੜਾ ਇਸ ਨੂੰ ਥਿਉਰੀ ਨੂੰ ਡਿਸਕਸ ਕਰਾਂਗੇ ਸੋ ਇਸ ਤੋਂ ਪਹਿਲਾਂ ਇਸ ਦਾ ਫਰਸਟ ਪਾਰਟ ਜਿਹੜਾ ਸੌਰੀ ਜੀਓਗ੍ਰਾਫੀ ਦੇ ਨਾਲ ਰਿਲੇਟਡ ਜਿਹੜੀ ਪਲੇਲਿਸਟ ਬਣੀ ਹੋਈ ਹੈ 6ਵੀਂ ਕਲਾਸ ਦੀ ਪੋਸਟ ਦੇ ਵਿੱਚੋਂ ਜਾ ਕੇ ਤੁਸੀਂ ਬਾਕੀ ਦੇ ਜਿਹੜੇ ਪਾਰਟ ਆਫ ਦੇਖ ਸਕਦੇ ਹੋਗੇ ਹੋਂਗੀ ਸੋ ਅਜੇ ਇਹ ਜੀਓਗ੍ਰਾਫੀ ਦਾ ਫਰਸਟ ਪਾਰਟ ਹੈ ਸੋ ਇਸ ਤੋਂ ਬਾਅਦ ਜਿਹੜਾ ਸੈਕੰਡ ਪਾਰਟ ਅਪਲੋਡ ਕਰਾਂਗੇ ਸੋ ਇਸ ਦੇ ਵਿੱਚ ਅਸੀਂ ਜੋ ਭਾਰ ਦਾ ਜਲਵਾਯੂ ਹੈ ਔਰ ਉਸਦੀ ਬਨਸਪਤੀ ਹੈ ਤੇ ਜੰਗਲੀ ਜੀਵਨ ਹੈ ਉਸ ਦੇ ਨਾਲ ਰਿਲੇਟਡ ਜਿਹੜਾ ਆਪਾਂ ਸਾਰੀ ਥਿਊਰੀ ਡਿਸਕਸ ਕਰਾਂਗੇ ਸੋ ਇਸ ਦੇ ਵਿੱਚ ਜਿਹੜਾ ਹੈ 6ਵੀਂ ਕਲਾਸ ਦੇ ਅਕੋਰਡਿੰਗ ਜਿੰਨਾ ਸਿਲੇਬਸ ਦਿੱਤਾ ਉਸੇ ਨੂੰ ਹੀ ਡਿਸਕਸ ਕੀਤਾ ਗਿਆ ਹੈ ਕਿਉਂਕਿ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ 6ਵੀਂ ਕਲਾਸ ਤੋਂ ਲੈ ਕੇ +2 ਤੱਕ ਦੀ NCERT ਅਤੇ ਪੰਜਾਬ ਬੋਰਡ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਦੀ ਆਪਾਂ ਸਾਰੀ ਥਿਉਰੀ ਡਿਸਕਸ ਕਰਨੀ ਹੈ ਚਾਹੇ ਉਹ ਜੀਓਗ੍ਰਾਫੀ ਹੋਵੇ ਹਿਸਟਰੀ ਹੋਵੇ ਪੋਲੀਟੀਕਲ ਹੋਵੇ ਇਕਨੋਮਿਕਸ ਹੋਵੇ ਤਾਂ ਕਿ ਤੁਸੀਂ ਹਰ ਤਰ੍ਹਾਂ ਦੇ ਐਗਜ਼ਾਮ ਦੇ ਲਈ ਤੁਸੀਂ ਇਸ ਨੂੰ ਜਿਹੜਾ ਯੂਜ਼ ਕਰ ਸਕੋ ਐਸਐਸਟੀ ਨੂੰ ਔਰ ਬਾਕੀ ਦੇ ਜਿਹੜੇ ਕੋਰਸ ਨੇ ਉਹਨਾਂ ਦੀਆਂ ਵੀ ਸਾਰੀਆਂ ਸਾਰੀਆਂ ਜਿਹੜੀਆਂ ਥੋਰੀ ਤੁਹਾਨੂੰ ਬੜੀ ਜਲਦੀ ਮਿਲ ਜਾਣਗੀਆਂ ਸੋ ਇਸ ਲਈ ਤੁਸੀਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਤੁਸੀਂ ਹਰ ਤਰ੍ਹਾਂ ਦੀ ਜਿਹੜੀ ਵੀਡੀਓ ਤੁਹਾਡੇ ਲਈ ਜ਼ਰੂਰੀ ਹੈ ਕਿਸੇ ਵੀ ਐਗ ਅਚੀ ਤਰ੍ਹਾਂ ਜਿਹੜਾ ਪੰਜਾਬੀ ਦੇ ਵਿੱਚ ਰੀਡ ਕਰ ਸਕੋ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਇੰਗਲਿਸ਼ ਦੇ ਵਿੱਚ ਅਤੇ ਹਿੰਦੀ ਦੇ ਵਿੱਚ ਬਹੁਤ ਸਾਰਾ ਮਟੀਰੀਅਲ ਮਿਲ ਜਾਂਦਾ ਹੈ ਬਟ ਪੰਜਾਬੀ ਦੇ ਵਿੱਚ ਬਹੁਤ ਘੱਟ ਮਿਲਦਾ ਸੋ ਇਸੇ ਹੀ ਕੋਸ਼ਿਸ਼ ਨੂੰ ਅੱਗੇ ਲੈ ਜਾਂਦਾ ਹੋਇਆ ਮੈਂ ਇਸ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਉਹ ਪੰਜਾਬੀ ਦੇ ਵਿੱਚ ਪ੍ਰੋਵਾਈਡ ਕਰ ਸਕਾਂ ਸੋ WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਇਹ ਮਿਲ ਸਕਦੀਆਂ ਨੇ ਅਗਰ ਤੁਸੀਂ ਇਸ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਗ੍ਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਪੋ ਸੇ ਇੰਟਰੋਡਕਸ਼ਨ ਸੋ ਭਾਰਤ ਦਾ ਜਲਵਾਯੂ ਬਨਸਪਤੀ ਤੇ ਜੰਗਲੀ ਜੀਵ ਹਨ ਇਸ ਦੇ ਵਿੱਚ ਕੀ ਹੈ ਸੋ ਇੱਕ ਬੜਾ ਇੰਪੋਰਟੈਂਟ ਹੈ ਕਿਉਂਕਿ ਭਾਰਤ ਦਾ ਏਰੀਆ ਜਿਹੜਾ ਉਹ ਕਾਫੀ ਵਾਸਟ ਹੈਗਾਗਾ ਸੋ ਇਸ ਕਰਕੇ ਇਥੋਂ ਦੀ ਧਰਤੀ ਅਤੇ ਜਲਵਾਯੂ ਇੱਥੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕਿਸੇ ਕਿਸੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਟੈਂਪਰੇਚਰ ਜਿਹੜਾ ਮਾਈਨਸ ਡਿਗਰੀ ਦੇ ਵਿੱਚ ਚਲਾ ਜਾਂਦਾ ਹੈ ਕਿਸੇ ਤਰ੍ਹਾਂ ਦੀ ਜਿਹੜਾ ਸਟੇਟ ਹੈ ਜਿੱਥੇ ਕਿ ਟੈਂਪਰੇਚਰ ਬਹੁਤ ਹਾਈ ਰਹਿੰਦਾ ਹੈ ਜਿਵੇਂ ਕਿ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਔਰ ਕੁਝ ਇਸ ਤਰ੍ਹਾਂ ਦੇ ਜਿਹੜੇ ਸਟੇਟਸ ਹੈਗੇ ਨੇ ਜਿੱਥੋਂ ਦਾ ਟੈਂਪਰੇਚਰ ਜਿਹੜਾ ਇੱਕ ਮੋਡਰੇਟ ਹੈ ਨਾ ਜ਼ਿਆਦਾ ਗਰਮੀ ਹੈ ਤੇ ਨਾ ਹੀ ਜ਼ਿਆਦਾ ਸਰਦੀ ਹੁੰਦੀ ਹੈ ਕਿ ਆਕਿੰ। ਸੋ ਜਿਵੇਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਪਹਾੜ ਦੇਖਣ ਨੂੰ ਮਿਲਦੇ ਨੇ, ਪਠਾਰ ਦੇਖਣ ਨੂੰ ਮਿਲਦੇ ਨੇ, ਰੇਤਲੀ ਟਿੱਬੇ ਦੇਖਣ ਨੂੰ ਮਿਲਦੇ ਨੇ, ਸਮੁੰਦਰੀ ਕੰਢੇ ਮਿਲਦੇ ਨੇ ਜਿਨੂੰ ਬੀਚਸ ਕਿਹਾ ਜਾਂਦਾ ਹੈ। ਸੋ ਇਹ ਪੂਰੇ ਹੀ ਸੰਸਾਰ ਦੇ ਵਿੱਚ ਹਮੇਸ਼ਾ ਦੇ ਹੀ ਹੈ ਖਿੱਚ ਦਾ ਕਾਰਨ ਜਿਹੜੇ ਬਣੇ ਰਹਿੰਦੇ ਨੇ ਜਿਸ ਕਰਕੇ ਬਹੁਤਲੇ ਲੋਕ ਜਿਹੜੇ ਕਹਿ ਸਕਦੇ ਹਾਂ ਦੂਸਰੀਆਂ ਕੰਟਰੀ ਦੇ ਜਿਹੜੇ ਲੋਕ ਨੇ ਉਹ ਇਸ ਇਲਾਕੇ ਨੂੰ ਦੇਖਣ ਦੇ ਲਈ ਜਿਹੜਾ ਵਿਜ਼ਿਟ ਕਰਦੇ ਹੋਏਗੇ ਨੇ ਜੀ ਸੇਹੀ ਜਲਵਾਜੂ ਹੋਈ ਹੈ ਜੋ ਕਿ ਕਹਿ ਸਕਦੇ ਇਥੋਂ ਦੀ ਬਨਸਪਤੀ ਨੂੰ ਪੂਰਨ ਤੌਰ ਤੇ ਪ੍ਰਭਾਵਿਤ ਕਰਦਾ ਹੈ ਕਿਸੇ ਤਰ੍ਹਾਂ ਦੀ ਬਨਸਪਤੀ ਹੋਵੇਗੀ ਇਹ ਚੀਜ਼ ਨੂੰ ਨਿਰਧਾਰਤ ਕਰਨ ਦੇ ਲਈ ਜਿਹੜਾ ਕਹਿ ਸਕਦੇ ਆ ਕਲਾਈਮੇਟ ਹੀ ਯੋਗਦਾਨ ਪਾਉਂਦਾ ਹੈ ਜਿਹੋ ਜਿਹਾ ਕਲਾਈਮੇਟ ਹੋਵੇਗਾ ਉਹ ਇਸ ਤਰ੍ਹਾਂ ਦੀ ਬਨਸਪਤੀ ਵੇਜਿਟੇਸ਼ਨ ਜਿਹੜੀ ਉਹ ਗ੍ਰੋਥ ਕਰਦੀ ਹੈਗੀ ਆ ਮਹਾਰਤ ਵਰਗੇ ਵਿਸ਼ਾਲ ਏਰੀਆ ਵਾਲੇ 파ਟ ਦੇ ਵਿੱਚ ਤਕਰੀਬਨ ਸੁਭਾਵਨਾ ਬਣੀ ਹੀ ਰਹਿੰਦੀ ਹੈ ਕਿ ਪਿੰਨਤਾ ਉਹ ਜ਼ਰੂਰ ਪਾਈ ਜਾਵੇਗੀ ਤਾਂ ਜਲਵਾਯੂ ਦੇ ਵਿੱਚ ਵੀ ਉਹ ਪਿੰਨਤਾ ਪਾਈ ਜਾਵੇਗੀ ਕਿਉਂਕਿ ਜਿੱਤੇ ਧਰਮ ਦੇ ਆਧਾਰ ਦੇ ਉੱਪਰ ਕਾਸਟ ਦੇ ਆਧਾਰ ਦੇ ਉੱਪਰ ਨਸਲ ਦੇ ਆਧਾਰ ਦੇ ਉੱਪਰ ਬਹੁਤ ਸਾਰੀਆਂ ਪਿੰਨਤਾਵਾਂ ਮਿਲਦੀਆਂ ਨੇ ਲੈਂਗੁਏਜ ਦੇ ਆਧਾਰ ਦੇ ਉੱਪਰ ਬਹੁਤ ਸਾਰੀਆਂ ਪਿੰਨਤਾਵਾਂ ਮਿਲਦੀਆਂ ਨੇ ਲੈਂਡਫਾਰਮ ਦੇ ਆਧਾਰ ਦੇ ਉੱਪਰ ਪਿੰਨਤਾ ਮਿਲਿਆ ਤਾਂ ਜਲਵਾਯੂ ਵੀ ਜ਼ਰੂਰੀ ਹੈ ਕਿ ਆਟੋਮੈਟਿਕਲੀ ਹੀ ਆਪਣਾ ਅਫੈਕਟੇਡਾ ਦਿਖਾਵੇਗਾ ਪਿੰਨਤਾ ਪਰੂਖ ਦਿਖਾਵੇਗਾ ਕਿਉਂਕਿ ਕਾਫੀ ਵਾਸਟ ਏਰੀਆ ਜਿਹੜਾ ਭਾਰ ਭਾਰਤੀ ਧਰਾਤਲ ਦੀ ਤਰ੍ਹਾਂ ਜਲਵਾਯੂ ਵੀ ਕਹਿ ਸਕਦੇ ਹਾਂ ਕਾਫੀ ਵੱਡੀ ਪੰਡਤਾ ਦੇ ਵਿੱਚ ਪਾਇਆ ਜਾਂਦਾ ਹੈ ਕਿਸੇ ਇਲਾਕੇ ਦੇ ਵਿੱਚ ਟੈਂਪਰੇਚਰ 0 ਮਾਈਨਸ ਚਲਾ ਜਾਂਦਾ ਹੈਗਾ ਕਿਸੇ ਇਲਾਕੇ ਦੇ ਵਿੱਚ ਜਿਹੜਾ ਟੈਂਪਰੇਚਰ ਹੈਗਾ ਉਹ 50 ਪਲੱਸ ਡਿਗਰੀ ਸੈਲਸੀਅਸ ਵੀ ਜਿਹੜਾ ਚਲਾ ਜਾਂਦਾ ਹੈਗਾ ਸੋ ਭਾਰ ਦੇ ਅੰਦਰੂਨੀ ਭਾਗ ਜਿਹੜੇ ਹੈਗੇ ਨੇ ਉਹਨਾਂ ਨੂੰ ਮਹਾਦੀਪੀ ਜਲਵਾਯੂ ਮਿਲਦੀ ਹੈ ਜਾਨੀ ਕਿ ਜਿਹੜੇ ਚਾਰੋਂ ਤਰਫ ਤੋਂ ਲੈਂਡ ਦੇ ਨਾਲ ਘਿਰੇ ਹੋਏ ਨੇ ਆਸ-ਪਾਸ ਉਸ ਤੇ ਪਾਣੀ ਨਹੀਂ ਮਿਲਦਾ ਹੈਗਾ ਸੋ ਉਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਇੱਕ ਮਹਾਦੀਪੀ ਕਲਈ ਮੀਟ ਦੇ ਅਧੀਨ ਆਉਂਦੇ ਹੈਗੇ ਨਿੰਗੀ ਔਰ ਸਮੁੰਦਰ ਤੋਂ ਜਿਹੜੇ ਦੂਰ ਦੇ ਇਲਾਕੇ ਹੁੰਦੇ ਨੇ ਉਸ ਦੇ ਵਿੱਚ ਜਾਨੀ ਕਿ ਆਸੇ ਪਾਸੋਂ ਸਿਰਫ ਅਤੇ ਸਿਰਫ ਲੈਂਡ ਦੇ ਨਾਲ ਹੀ ਘਿਰੇ ਹੁੰਦੇ ਨੇ ਉਹਨਾਂ ਦੇ ਵਿੱਚ ਗਰਮੀ ਦੀ ਰੁੱਤ ਜਿਹੜੀ ਉਹ ਬਹੁਤ ਗਰਮ ਹੁੰਦੀ ਹੈ ਅਤੇ ਜਿਹੜੀ ਸਰਦੀ ਦੀ ਰੁੱਤ ਹੁੰਦੀ ਹੈ ਉਹ ਬਹੁਤ ਸਰਦ ਹੁੰਦੀ ਹੈ ਕਿਉਂਕਿ ਮੋਡਰੇਟ ਨਹੀਂ ਹੋ ਸਕਦਾ ਚਾਰੇ ਤਰਫ ਤੇ ਲੈਂਡ ਹੀ ਮਿਲਦੀ ਹੈ ਸੋ ਲੈਂਡ ਜਿਹੜੀ ਹੁੰਦੀ ਹੈਗੀ ਉਹ ਜਲਦੀ ਗਰਮ ਹੋ ਜਾਂਦੀ ਹੈ ਤੇ ਜਲਦੀ ਹੀ ਠੰਡੀ ਹੋ ਜਾਂਦੀ ਹੈ ਜਿਸ ਕਾਰਨ ਕਰਕੇ ਜਿਹੜਾ ਲੈਂਡ ਵਾਲਾ ਇਲਾਕਾ ਹੁੰਦਾ ਹੈਗਾ ਉਥੇ ਜਿਆਦਾ ਗਰਮੀ ਤੇ ਜਿਆਦਾ ਸਰਦੀ ਜੜੀ ਪੈਂਦੀ ਹੈ ਬਟ ਜਿਹੜਾ ਪਾਣੀ ਹੁੰਦਾ ਉਹ ਬੜੀ ਜਲਦੀ ਗਰਮ ਨਹੀਂ ਹੁੰਦਾ ਤੇ ਬੜੀ ਜਲਦੀ ਹੀ ਉਹ ਠੰਡਾ ਨਹੀਂ ਹੁੰਦਾ ਇਸ ਕਰਕੇ ਜਿਹੜੇ ਪਾਣੀ ਦੇ ਨਾਲ ਜਾਂ ਸਮੁੰਦਰ ਦੇ ਕੰਡੇ ਦੇ ਉੱਪਰ ਲੱਗਦੇ ਲੱਗੇ ਹੁੰਦੇ ਨੇ ਸੋ ਉਥੇ ਜਿਹੜਾ ਟੈਂਪਰੇਚਰ ਆ ਉਹ ਮੋਡਰੇਟ ਰਹਿੰਦਾ ਹੈਗਾ ਸੋ ਸਮੁੰਦਰ ਦੀ ਨੇੜਲੀ ਦਾਟ ਜਿਹੜੇ ਹੁੰਦੇ ਨੇ ਉਹ ਸਿੱਲੇ ਤੇ ਲਗਭਗ ਇੱਕ ਸਾਰ ਵਾਲੇ ਹੁੰਦੇ ਨੇ ਕਿਉਂਕਿ ਪਾਣੀ ਨਾਲ ਲੱਗਦਾ ਹੈ ਤਾਂ ਪਾਣੀ ਜਿਹੜਾ ਉਹ ਜਲਦੀ ਠੰਡਾ ਨਹੀਂ ਹੁੰਦਾ ਤੇ ਜਲਦੀ ਹੀ ਗਰਮ ਨਹੀਂ ਹੁੰਦਾ ਸੋ ਉਸ ਨੂੰ ਸਮਾਂ ਲੱਗਦਾ ਹੈ ਕਿਉਂਕਿ ਟਰਾਂਸਪੀਰੈਂਸ ਹੁੰਦਾ ਹੈ ਪਾਰਦਰਸ਼ੀ ਹੁੰਦਾ ਇਸ ਕਰਕੇ ਉਹ ਆਪਣਾ ਫੈਕਟ ਜਿਹੜਾ ਇੱਥੇ ਦਿਖਾਉਂਦਾ ਹੈਗਾ ਸੂਰਜ ਦੀਆਂ ਕਿੰਨਾਂ ਨੂੰ ਆਪਣੇ ਵਿੱਚ ਅਬਜ਼ਰਵ ਨਹੀਂ ਕਰ ਪਾਉਂਦੇ ਬਟ ਜਿਹੜੀ ਲੈਂਡ ਉਹ ਅਬਜ਼ਰਵ ਕਰ ਪਾਉਂਦੀ ਹੈ ਜਿਹਦੇ ਕਰਕੇ ਜਲਦੀ ਗਰਮ ਤੇ ਜਲਦੀ ਠੰਢੀ ਹੋ ਜਾਂਦੀ ਹੈ ਸੋ ਭਾਰਦੇ ਕਾਫੀ ਸਾਰੇ ਇਲਾਕੇ ਨੇ ਜਿੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਰਕਾ ਹ ਠੀਕ ਹੈ ਸੋ ਮਾਨਸ ਰਾਮ ਜਿਹੜਾ ਇਲਾਕਾ ਹੈ ਉਸ ਦੇ ਵਿੱਚ ਸਭ ਤੋਂ ਵੱਧ ਜਿਹੜੀ ਵਰਖਾ ਹੋ ਪਾਈ ਜਾਂਦੀ ਹੈਗੀ ਆ ਕੁਝ ਇਸ ਤਰ੍ਹਾਂ ਦੇ ਇਲਾਕੇ ਵੀ ਨੇ ਜਿੱਥੇ ਸੋਕੇ ਦੀ ਲਪੇਟ ਅਧੀਨ ਆਉਂਦੇ ਨੇ ਕਰਮ ਮਾਰੂਥਲ ਜਿਹੜੇ ਪਾਏ ਜਾਂਦੇ ਹੈਗੇ ਨੇਗੀ ਇਹ ਸਾਰੇ ਦੇ ਸਾਰੇ ਕੀ ਹੈ ਕਿ ਨੇਗੀ ਕਲਾਈਮੇਟ ਦਾ ਇਫੈਕਟ ਕਰਕੇ ਹੀ ਹੈਗੀ ਨੇਗੀ ਠੀਕ ਹੈ ਅਗਰ ਭਾਰ ਦੇ ਟੈਂਪਰੇਚਰ ਦੀ ਗੱਲ ਕਰੀਏ ਕਲਾਈਮੇਟ ਦੀ ਗੱਲ ਕਰੀਏ ਤਾਂ ਇੱਥੇ ਓਸ਼ਣ ਕਟਬੰਦੀ ਜਲਵਾਜੂ ਮਾਨਸੂਨ ਜਲਵਾਜੂ ਪਾਇਆ ਜਾਂਦਾ ਹੈ ਬੜਾ ਇੰਪੋਰਟੈਂਟ ਹੈ ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਕਲਾਈਮੇਟ ਹੈ ਤਾਂ ਓਸ਼ਣ ਕਟਬੰਦੀ ਮਾਨਸੂਨ ਜਲਵਾਜੂ ਜਿਹੜਾ ਇੱਥੇ ਪਾਇ ਸੋ ਭਾਰਤ ਦੇ ਜਿਹੜਾ ਤਾਪਮਾਨ ਤੇ ਮੌਨਸੂਨ ਦੇ ਆਧਾਰ ਦੇ ਉੱਪਰ ਇਸ ਨੂੰ ਜਿਹੜਾ ਚਾਰ ਰੁੱਤਾਂ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ ਫਸਟ ਰੁੱਤ ਜਿਹੜੀ ਹੁੰਦੀ ਹੈ ਉਹ ਸਰਦੀ ਦੀ ਰੁੱਤ ਹੁੰਦੀ ਹੈ ਜਿਹੜੀ ਦਸੰਬਰ ਤੋਂ ਸ਼ੁਰੂ ਹੁੰਦੀ ਹੈ ਤੇ ਫਰਵਰੀ ਦੇ ਅੰਤ ਤੱਕ ਜਿਹੜੀ ਚੱਲੀ ਜਾਂਦੀ ਹੈਗੀ ਆ ਦੂਸਰਾ ਮੌਸਮ ਜਿਹੜਾ ਇੱਥੇ ਹੁੰਦਾ ਹੈ ਉਹ ਗਰਮੀ ਦੀ ਰੁੱਤ ਦਾ ਹੁੰਦਾ ਹੈ ਜਿਹੜਾ ਮਾਰਚ ਤੋਂ ਮੱਧ ਜੂਨ ਤੱਕ ਚੱਲਦਾ ਹੈਗਾ ਔਰ ਤੀਸਰਾ ਜਿਹੜਾ ਹੁੰਦਾ ਹੈ ਉਹ ਮੌਨਸੂਨ ਦੀ ਰੁੱਤ ਹੁੰਦੀ ਹੈ ਜਿਹੜੀ ਮੱਧ ਜੂਨ ਤੋਂ ਸ਼ੁਰੂ ਹੁੰਦੀ ਹੈ ਤੇ ਸਤੰਬਰ ਤੱਕ ਚੱਲੀ ਜਾਂਦੀ ਹੈਗੀ ਹੈਗੀ ਚੌਥਾ ਜਿਹੜਾ ਹੁੰਦਾ ਉਹ ਪਰਤ ਦੀ ਮਾਨਸੂਨ ਦੀ ਰੁੱਤ ਹੁੰਦੀ ਹੈ ਜਿਹੜੀ ਕਿ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਤੇ ਨਵੰਬਰ ਤੱਕ ਜਿਹੜੀ ਆ ਉਹ ਚੱਲੀ ਜਾਂਦੀ ਰਹੇਗੀ ਅੱਗੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਸੋ ਪਹਿਲਾ ਹੈ ਸਰਦੀ ਦੀ ਰੁੱਤ ਜਿਹੜੀ ਦਸੰਬਰ ਤੋਂ ਸ਼ੁਰੂ ਹੁੰਦੀ ਹੈ ਤੇ ਫਰਵਰੀ ਦੇ ਅੰਤ ਤੱਕ ਚੱਲੀ ਜਾਂਦੀ ਹੈਗੀਆ ਸੋ ਇਸ ਰੁੱਤ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਉੱਤਰੀ ਭਾਰਤ ਦਾ ਇਲਾਕਾ ਹੈ ਭਾਰਤ ਦਾ ਸੋ ਉਸ ਦੇ ਵਿੱਚ ਟੈਂਪਰੇਚਰ ਜਿਹੜਾ ਰਹਿੰਦਾ ਹੈ ਉਹ ਤਕਰੀਬਨ 10 ਡਿਗਰੀ ਤੋਂ 15 ਡਿਗਰੀ ਸੈਲਸੀਅਸ ਤੱਕ ਦਾ ਰਹਿੰਦਾ ਹੈਗਾ ਜੋ ਉੱਤਰੀ ਭਾਰਤ ਹਨ ਉੱਤਰੀ ਭਾਰਤ ਦੇ ਵਿੱਚ ਪੰਜਾਬ ਹਰਿਆਣਾ ਠੀਕ ਹੈ ਉੱਤਰ ਪ੍ਰਦੇਸ਼ ਯੂਪੀ ਵਰਗੇ ਜਿਹੜੇ ਇਲਾਕੇ ਆnde ਜੰਮੂ ਕਸ਼ਮੀਰ ਹੋ ਗਿਆ ਠੀਕ ਹੈ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਅੰਗੀ ਤਕਰੀਬਨ ਜਿਹੜਾ ਟੈਂਪਰੇਚਰ ਰਹੋ 10 ਡਿਗਰੀ ਤੋਂ 15 ਡਿਗਰੀ ਸੈਲਸੀਅਸ ਦੇ ਵਿੱਚ ਘਰ ਰੰਦਾ ਹੈ ਸੋ ਦੱਖਣੀ ਭਾਰਤ ਦੇ ਵਿੱਚ ਲਗਭਗ ਜਿਹੜਾ ਉਹ 25 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ ਕਿਉਂਕਿ ਇਸ ਦੇ ਨੇੜੇ ਜਿਹੜਾ ਕਹਿ ਸਕਦੇ ਹੈਗੇ ਸਮੁੰਦਰੀ ਕੰਢਾ ਆ ਜਾਂਦਾ ਹੈ ਸੋ ਇਸ ਕਰਕੇ ਕਹਿ ਸਕਦੇ ਆ ਇਸ ਦੇ ਟੈਂਪਰੇਚਰ ਦੇ ਵਿੱਚ ਫਰਕ ਪੈਂਦਾ ਹੈਗਾ ਤਾਂ ਔਰ ਉਤਰੀ ਭਾਰ ਦੇ ਵਿੱਚ ਕਈ ਥਾਵਾਂ ਦੇ ਉੱਪਰ ਇਸ ਰੁੱਤ ਦੇ ਵਿੱਚ ਤਾਪਮਾਨ ਜਿਹੜਾ ਉਹ 0 ਡਿਗਰੀ ਤੋਂ 1 ਡਿਗਰੀ ਸੈਲਸੀਅਸ ਤੱਕ ਵੀ ਚਲਾ ਜਾਂਦਾ ਹੈ ਮਾਈਨਸ ਦੇ ਵਿੱਚ ਵੀ ਚਲਾ ਜਾਂਦਾ ਜਿਵੇਂ ਕਿ ਜੰਮੂ ਕਸ਼ਮੀਰ ਤੇ ਲਦਾਖ ਵਰਗੇ ਇਲਾਕੇ ਨੇ ਤੋਂ ਤੇ ਮਾਈਨਸ ਦੇ ਵਿੱਚ ਇਹੀ ਜਿਹੜਾ ਟੈਂਪਰੇਚਰ ਉਹ ਤਕਰੀਬਨ ਹੁੰਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਕਿ ਜੋ ਉਤਰੀ 파ਰਟ ਹੈ ਸਾਡਾ ਇੱਥੇ ਜਿਹੜਾ ਟੈਂਪਰੇਚਰ ਆ ਉਹ 10 ਤੋਂ 15 ਦੇ ਵਿੱਚ ਘਰਦਾ ਹੈ ਔਰ ਜਿਹੜਾ ਸਾਡਾ ਦੱਖਣੀ 파ਰਟ ਹੈ ਇੱਥੋਂ ਦਾ ਜਿਹੜਾ ਟੈਂਪਰੇਚਰ ਆ ਉਹ ਤਕਰੀਬਨ ਜਿਹੜਾ ਕਹਿ ਸਕਦੇ ਆ 25 ਡਿਗਰੀ ਸੈਲਸੀਅਸ ਤੱਕ ਵੀ ਚਲਾ ਜਾਂਦਾ ਸੋ ਇਹਦਾ ਕਾਰਨ ਇਹ ਹੈ ਕਿ ਇਸ ਦੇ ਆਸ-ਪਾਸ ਜਿਹੜਾ ਉਹ ਸਮੁੰਦਰੀ ਕੰਢਾ ਹੈ ਬਟ ਉਤਰੀ ਭਾਰ ਦੇ ਆਸ-ਪਾਸੇ ਜਿਹੜਾ ਸਾਰੀ ਦੀ ਸਾਰੀ ਲੈਂਡ ਹੁੰਦੀ ਹੈ ਕਿਉਂਕਿ ਲੈਂਡ ਗਰਮ ਜਿਹੜੀ ਜ਼ਿਆਦਾ ਹੁੰਦੀ ਹੈ ਨਾ ਸੋ ਸਾਡ ਠੰਡੀ ਵੀ ਜਿਹੜੀ ਚੱਲਦੀ ਹੁੰਦੀ ਹੈ ਸੋ ਇਸੇ ਕਰਕੇ ਅਫੈਕਟ ਪਾਉਂਦੀ ਹੈਗੀ ਆ ਸੋ ਜਿੱਥੇ ਠੰਡ ਜ਼ਿਆਦਾ ਹੁੰਦੀ ਆ ਉਸ ਇਲਾਕੇ ਦੇ ਪ੍ਰੈਸ਼ਰ ਜਿਹੜਾ ਹੁੰਦਾ ਹੈਗਾ ਹਵਾ ਦਾ ਪ੍ਰੈਸ਼ਰ ਜਿਹੜਾ ਹੁੰਦਾ ਉਹ ਹਾਈ ਰਹੇਗਾ ਜਾਨੀ ਕਿ ਹਾਈ ਪ੍ਰੈਸ਼ਰ ਰੀਜਨ ਪਾਇਆ ਜਾਊਗਾ ਠੀਕ ਹੈ ਔਰ ਜਿਹੜਾ ਹਾਈ ਪ੍ਰੈਸ਼ਰ ਰੀਜਨ ਹੁੰਦਾ ਹੈ ਸੋ ਇਹ ਕੀ ਕਰਦਾ ਹੈ ਮੂਵ ਕਰਦਾ ਹੈ ਕਿਸ ਸਾਈਡ ਵੱਲ ਨੂੰ ਲੋ ਪ੍ਰੈਸ਼ਰ ਵੱਲ ਠੀਕ ਹੈ ਜਿੱਥੇ ਸਰਦੀ ਹੋਵੇਗੀ ਉਸ ਰੀਜਨ ਦੇ ਵਿੱਚ ਜਿਹੜਾ ਪ੍ਰੈਸ਼ਰ ਹਵਾ ਦਾ ਉਹ ਹਾਈ ਪਾਇਆ ਜਾਵੇਗਾ ਔਰ ਜਿੱਥੇ ਗਰਮੀ ਹੋਵੇਗੀ ਉਸ ਰੀਜਨ ਦੇ ਵਿੱਚ ਲੋ ਪ੍ਰੈਸ਼ਰ ਪਾਇਆ ਜਾਵੇਗਾ ਠੀਕ ਹੈ ਔਰ ਹਾਈ ਪ੍ਰੈਸ਼ਰ ਜਿਹੜਾ ਮੂਵ ਕਰਦਾ ਹੁੰਦਾ ਹੈ ਹਮੇਸ਼ਾ ਲੋ ਪ੍ਰੈਸ਼ਰ ਦੇ ਵੱਲ ਸੋ ਸਰਦੀਆਂ ਦੇ ਵਿੱਚ ਇਹ ਉਲਟ ਹੁੰਦਾ ਕਿਉਂਕਿ ਸਰਦੀਆਂ ਦੇ ਵਿੱਚ ਉੱਤਰੀ ਪਾਰਟ ਜਿਹੜਾ ਹੁੰਦਾ ਹੈਗਾ ਉਹ ਸਰਦੀਆਂ ਦਾ ਮੌਸਮ ਹੁੰਦਾ ਠੰਡਾ ਹੁੰਦਾ ਸੋ ਇਸ ਕਰਕੇ ਕੀ ਇਹ ਪੌਣਾ ਜਿਹੜੀਆਂ ਚੱਲਦੀਆਂ ਨੇਗੀਆਂ ਹਵਾ ਦਾ ਜਿਹੜਾ ਦਬਾਅ ਹੈਗਾ ਮੂਵ ਕਰਦਾ ਉਹ ਘੱਟ ਦਬਾਅ ਵੱਲ ਜਨਕਿ ਸਮੁੰਦਰੀ ਕੰਢੇ ਵੱਲ ਠੀਕ ਹੈ ਉੱਤਰ ਪੱਛਮੀ ਭਾਰਤ ਦੇ ਵਿੱਚ ਸਰਦੀ ਦੀ ਰੁੱਤ ਕਾਰਨ ਹਵਾ ਦਾ ਉੱਚ ਦਬਾਅ ਖੇਤਰ ਜਿਹੜਾ ਉਹ ਵਿਕਸਿਤ ਹੁੰਦਾ ਹੈਗਾ ਐਂਡ ਇਸ ਸਮੇਂ ਦੇ ਜਿਹੜੀਆਂ ਪੌਣਾ ਹੁੰਦੀਆਂ ਨੇ ਉਹ ਥਲ ਤੋਂ ਸਮੁੰਦਰ ਦੇ ਵੱਲ ਚਲਦੀਆਂ ਹੈਗੀਆਂ ਨੇ ਜਿੱਥੇ ਕਿ ਹਵਾ ਦਾ ਦਬਾਅ ਘਟ ਹੁੰਦਾ ਹੈ ਸੋ ਮੈਪ ਦੇ ਵਿੱਚ ਆਪਾਂ ਦੇਖਿਆ ਸੀ ਕਿ ਉੱਤਰੀ ਪਾਰਟ ਜਿਹੜਾ ਹੁੰਦਾ ਹੈਗਾ ਉੱਥੇ ਹਵਾ ਦੇ ਦਬਾਅ ਜਿਹੜੇ ਉਹ ਜ਼ਿਆਦਾ ਹੈਗੇ ਕਿਉਂਕਿ ਸਰਦੀ ਹੈ ਔਰ ਸਮੁੰਦਰੀ ਪਾਰਟ ਜਿਹੜਾ ਹੈ ਉੱਥੇ ਹਵਾ ਦੇ ਦਬਾਅ ਘੱਟ ਹੁੰਦੇ ਆ ਜਿਸ ਕਰਕੇ ਹਾਈ ਪ੍ਰੈਸ਼ਰ ਮੂਵ ਕਰਦਾ ਹੈ ਲੋ ਪ੍ਰੈਸ਼ਰ ਦੇ ਵੱਲ ਠੀਕ ਹੈ लो प्रेशर ਦੇ ਵੱਲ ਸੋ ਇਸ ਤਰੀਕੇ ਦੇ ਨਾਲ ਫਿਰ ਹਵਾਵਾਂ ਜਿਹੜੀਆਂ ਮੂਵ ਕਰਦੀਆਂ ਨੇ ਉਹ ਥਲ ਤੋਂ ਸਮੁੰਦਰ ਵੱਲ ਕਰਨਗੀਆਂ ਸੇ ਪੌਣਾ ਗੰਗਾ ਦੇ ਮੈਦਾਨ ਦੇ ਵਿੱਚ ਜਿਹੜੀਆਂ ਹੈ ਉੱਤਰ ਪੱਛਮੀ ਹੁੰਦੀਆਂ ਹੈਗੀਆਂ ਨੇ ਅਤੇ ਬੰਗਾਲ ਦੀ ਖਾੜੀ ਦੇ ਵਿੱਚ ਉੱਤਰ ਪੂਰਬੀ ਹੁੰਦੀਆਂ ਹੈਗੀਆਂ ਨੇ ਸੋ ਇਹਨਾਂ ਦੀ ਦਿਸ਼ਾਵਾਂ ਵੀ ਲਿਖਿਆ ਹੋਇਆ ਨੇ ਸੋ ਇਸ ਨੂੰ ਜਿਹੜਾ ਤੁਸੀਂ ਨੋਟ ਕਰ ਲੈਣਾ ਜਦੋਂ ਇਹ ਪੌਣਾ ਥਲ ਵੱਲ ਨੂੰ ਚੱਲਦੀਆਂ ਹਨ ਤੇ ਇਹਨਾਂ ਦੀ ਦਿਸ਼ਾ ਜਿਹੜੀ ਹੈਗੀ ਉਹ ਉੱਤਰ ਪੱਛਮੀ ਹੋ ਜਾਂਦੀ ਹੈਗੀ ਆ ਇਸ ਮੌਸਮ ਦੇ ਵਿੱਚ ਭਾਰਤ ਦੇ ਉੱਤਰ ਪੱਛਮੀ ਭਾਗ ਅਤੇ ਤਾਮਿਲਨਾਡੂ ਦੇ ਤੱਟੀ ਖੇਤਰਾਂ ਦੇ ਵਿੱਚ ਵਰਖਾ ਪ੍ਰਾਪਤ ਜਿਹੜੀ ਹੁੰਦੀ ਹੈਗੀ ਕਾਣੀ ਕਾਫੀ ਵਰਖਾ ਹੁੰਦੀ ਹੈਗੀ ਆ ਸੋ ਇਹ ਵਰਖਾ ਜਿਹੜੀ ਹੁੰਦੀ ਆ ਉਹ ਚੱਕਰਵਾਤਾਂ ਦੇ ਰਾਹੀਂ ਹੁੰਦੀ ਹੈ ਜਿਸ ਕਰਕੇ ਇਸ ਵਰਖਾ ਨੂੰ ਚੱਕਰਵਰਤੀ ਵਰਖਾ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਸੋ ਤਾਮਿਲਨਾਡੂ ਦੇ ਟੱਟ ਤੇ ਵਰਖਾ ਬੰਗਾਲ ਦੀ ਖਾੜੀ ਵੱਲੋਂ ਉੱਤਰ ਪੂਰਵੀ ਪੌਣਾ ਵਪਾਰਾਂ ਵਪਾਰਕ ਪੌਣਾ ਜਿਹਨੂੰ ਕਿ ਟ੍ਰੇਡ ਵਿੰਡਸ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਇਸ ਦੇ ਨਾਲ ਹੁੰਦੀਆਂ ਹੈਗੀਆਂ ਨੀ ਕਿਆਂ ਠੀਕ ਹੈ ਨੈਕਸਟ ਹੈ ਦੂਸਰੀ ਰੋਤ ਗਰਮੀ ਦੇ ਰੁੱਤੇ ਜਿਹੜੀ ਕਿ ਮਾਰਚ ਤੋਂ ਸ਼ੁਰੂ ਹੁੰਦੀ ਹੈ ਤੇ ਮੱਧ ਜੂਨ ਤੱਕ ਚੱਲੀ ਜਾਂਦੀ ਹੈਗੀ ਆ ਸੋ ਇਸ ਸਮੇਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਤਰੀ ਗੋਲ ਅਰਧ ਦੇ ਵਿੱਚ ਕਰਕ ਰੇਖਾ ਤੇ ਲਗਭਗ ਸਿੱਧੀਆਂ ਪੈਂਦੀਆਂ ਹੈਗੀਆਂ ਨੇ ਸੋ ਸਾਡੀ ਅਰਧਾ ਜਿਹੜੀ ਉਹ ਜਾਲੋਂ ਇਕਵੇਟਰ ਦੇ ਨਾਲ ਹੀ ਵੰਡੀ ਹੋਈ ਹੈ ਔਰ ਕਰਕ ਰੇਖਾ ਜਿਹੜੀ ਹੈਗੀ ਹੈਗੀ ਉਹ ਪਾਈ ਜਾਂਦੀ ਹੈ 23.5 ਡਿਗਰੀ ਦੇ ਉੱਪਰ ਠੀਕ ਹੈ ਔਰ ਮਕਰ ਰੇਖਾ ਜਿਹੜੀ 23.5 ਡਿਗਰੀ ਦੱਖਣ ਦੇ ਵਿੱਚ ਪਾਈ ਜਾਂਦੀ ਹੈ ਦੋ ਦ्रुਵ ਬਣेंगे ਜਾਨੀ ਕਿ ਇੱਕ ਉਤਰੀ ਦ्रुਵ ਪਾਇਆ ਜਾਂਦਾ ਹੈਗਾ ਠੀਕ ਹੈ ਜਿਸ ਨੂੰ ਉਤਰੀ ਦ्रुਵ ਕਹਿੰਦੇ ਹੈਗੇ ਦੂਸਰਾ ਜਿਹੜਾ ਆ ਜਾਂਦਾ ਹੈ ਦੱਖਣੀ ਪਾਰਟ ਠੀਕ ਹੈ ਦੱਖਣੀ ਗੋਲ ਅਰਧ ਵੀ ਕਹਿ ਦਿੰਦੇ ਹੈਗੇ ਅਗੇ ਪਰ ਉਹ ਪਰਲੀ ਸਾਈਡ ਆ ਜੂ ਬਟ ਅਸੈਂਸ ਨੂੰ ਦੱਖਣੀ ਉਤਰੀ ਦੱਖਣੀ ਤੇ ਉਤਰੀ ਜਿਹੜਾ ਗੋਲ ਅਰਧ ਦੇ ਵਿੱਚ ਜਾਨੀ ਕਿ ਦੋ ਪਾਰਟ ਦੇ ਵਿੱਚ ਡਿਵਾਈਡ ਕਰਦੇ ਆ ਸਾਡਾ ਭਾਰਤ ਜਿਹੜਾ ਹੈ ਉਤਰੀ ਗੋਲ ਅਰਧ ਦੇ ਵਿੱਚ ਆਉਂਦਾ ਹੈ ਤੇ ਸਾਡੇ 22 ਡਿਗਰੀ ਜਿੱਥੇ ਕਰਕ ਰೇಖਾ ਹੈਗੀ ਹੈਗੀ ਇੱਥੇ ਸਾਡਾ ਭਾਰਤ ਜਿਹੜਾ ਸਥਿਤ ਹੈਗਾ ਗਰਮੀ ਦੇ ਜਦੋਂ ਰੁੱਤ ਆਉਂਦੀ ਹੈ ਤਾਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਉਹ ਸਿੱਧੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹੈ ਜਿਹਨੇ ਕਰਕ ਰೇಖਾ ਤੇ ਕਿਉਂਕਿ ਧਰਤੀ ਜਿਹੜੀ ਸਾਡੀ ਉਹ ਥੋੜੀ ਜੀ ਰੋਟੇਟਡ ਟੇਢੀ ਹੈ ਸਾਡੇ 66 ਡਿਗਰੀ ਦੇ ਉੱਪਰ ਜਿਹੜੀ ਚੁੱਕੀ ਹੋਈ ਹੈ ਸੋ ਇਸ ਕਰਕੇ ਕੀ ਹੈ ਕਿ ਅਗਰ ਧਰਤੀ ਦੇ ਉੱਪਰ ਜਿਹੜੀਆਂ ਕਰਕ ਰੇਖਾ ਦੇ ਉੱਪਰ ਸਿੱਧੀਆਂ ਰੇਖਾਂ ਪੈਣੀਆਂ ਨੇ ਜਿਸ ਕਰਕੇ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਸਾਰਾ ਜਿਹੜਾ ਤਾਪਮਾਨ ਹੈ ਜਿਹੜਾ ਉਹ ਇਸ ਏਰੀਆ ਦੇ ਵਿੱਚ ਮਿਲਦਾ ਹੈ। ਔਰ ਨਤੀਜੇ ਵਜੋਂ ਕੀ ਹੁੰਦਾ ਕਿ ਉੱਤਰ ਪੱਛਮ ਦੇ ਵਿੱਚ ਉੱਚ ਤਾਪਮਾਨ ਦੇ ਕਾਰਨ ਹਵਾ ਦੇ ਦਬਾਅ ਘਟ ਹੋ ਜਾਂਦੇ ਨੇ। ਮਤਲਬ ਗੱਲ ਕੀਤੀ ਸੀ ਕਿ ਜਿੱਥੇ ਗਰਮੀ ਹੋਊਗੀ ਉੱਥੇ ਜਿਹੜਾ ਹਵਾ ਦੇ ਦਬਾਅ ਘਟ ਹੋਣਗੇ ਜਿੱਥੇ ਠੰ ਬਦ ਹੋਣਗੇ ਹੁਣ ਕੀ ਹੈਗਾ ਕਿ ਗਰਮੀ ਦੁਰਤ ਸ਼ੁਰੂ ਹੋ ਗਈ ਹੈ ਤਾਂ ਉੱਤਰੀ ਭਾਰਤ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਹੋ ਗਿਆ ਤੇ ਹਵਾ ਦੇ ਦਬਾਅ ਜਿਹੜੇ ਉਹ ਘਟ ਹੋ ਗਏ ਨੇਗੇ ਠੀਕ ਹੈ ਹੁਣ ਹਵਾ ਦੇ ਦਬਾਅ ਜਿਹੜੇ ਉੱਤਰ ਦੇ ਵਿੱਚ ਘਟ ਹੋ ਗਏ ਨੇ ਤਾਂ ਫਿਰ ਹੁਣ ਜਿਹੜਾ ਜਲ ਹੈ ਜਾਨੀ ਕਿ ਓਸ਼ਨ ਜਿਹੜੇ ਹੈਗੇ ਨੇਗੇ ਪਾਣੀ ਜਿੱਥੇ ਹੈਗਾਗਾ ਉੱਥੇ ਕੀ ਹੈਗਾਗਾ ਹਵਾ ਦੇ ਦਬਾਅ ਜਿਹੜੇ ਉਹ ਜ਼ਿਆਦਾ ਹੋ ਜਾਣਗੇ ਫਿਰ ਹਵਾ ਦੇ ਦਬਾਅ ਕੀ ਕਰਨਗੇ ਮੂਵ ਕਰਨਗੇ ਲੋ ਪ੍ਰੈਸ਼ਰ ਵੱਲ ਹਾਈ ਤੋਂ ਲੋ ਵੱਲ ਤਾਂ ਫਿਰ ਜਿਹੜੀ ਹਵਾ ਚੱਲੇਗੀ ਕਿ ਉਹ ਸਾਈਡ ਵੱਲ ਚੱਲੇਗੀ ਸਮੁੰਦਰ ਤੋਂ ਥਲ ਦੇ ਵੱਲ ਠੀਕ ਹੈ ਇਹ ਵੀ ਇੱਕ ਵਾਪਨ ਵਾਲੀ ਘਟਨਾ ਹੈ ਸੋ ਇਸ ਚੀਜ਼ ਨੂੰ ਵੀ ਨੋਟ ਕਰ ਲੈ ਤੇ ਇਸ ਦੇ ਮੁਕਾਬਲੇ ਕਹਿ ਸਕਦੇ ਹਾਂ ਹਿੰਦ ਮਹਾਸਾਗਰ ਤੇ ਅਰਬ ਮਹਾਸਾਗਰ ਉੱਤੇ ਹਵਾ ਦੇ ਦਬਾ ਜਿਹੜੇ ਉਹ ਵੱਧ ਕ੍ਰੀਏਟ ਹੋ ਜਾਂਦੇ ਨੇ ਜਿਸ ਕਰਕੇ ਹਵਾ ਜਿਹੜੀ ਉਹ ਚਲਣੀ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਇਹ ਹਵਾ ਸਮੁੰਦਰਾਂ ਤੋਂ ਲੈਂਡ ਵੱਲ ਮੂਵ ਕਰਦੀ ਹੈ ਤਾਂ ਇਹ ਫਿਰ ਆਪਣੇ ਨਾਲ ਨਮੀ ਨੂੰ ਲੈ ਕੇ ਆਉਂਦੀਆਂ ਨੇ ਜਿਹੜੀ ਕਿ ਉਸ ਇਲਾਕੇ ਦੇ ਵਿੱਚ ਨਮੀ ਭਰਪੂਰ ਬੱਦਲਾਂ ਨੂੰ ਲੈ ਕੇ ਆਉਂਦੀਆਂ ਨੇ ਜਿਸ ਕਰਕੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਮੌਨਸੂਨੀ ਜਿਹੜੀ ਵਰਖਾ ਹੁੰਦੀ ਹੈਗੀ ਹੈ ਮੀਨਸ ਤੱਟੀ ਇਲਾਕੇ ਹੋਗੇ ਦੱਖਣ ਪੱਛਮੀ ਇਲਾਕੇ ਹੋਗੇ ਇਨ੍ਹਾਂ ਰੀਜਨ ਦੇ ਵਿੱਚ ਜਿਹੜੀ ਮੌਨਸੂਨ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਪਰੰਤੂ ਫਿਰ ਵੀ ਇਸ ਸਮੇਂ ਦੇ ਦੌਰਾਨ ਪੰਜਾਬ ਰਾਜ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਇਹ ਇਲਾਕੇ ਗਰਮ ਤੇ ਖੁਸ਼ਕ ਰਹ ਜਾਂਦੇ ਹੈਗੇ ਨੇ ਇੱਥੇ ਵਰਖਾ ਨਹੀਂ ਹੁੰਦੀ ਹੈਗੀ ਕਿ ਗਰਮੀ ਦ੍ਰੁੱਤ ਦੇ ਦੌਰਾਨ ਜਿਹੜੀ ਮਾਰਚ ਤੋਂ ਮੱਧ ਜੂਨ ਤੱਕ ਇੱਥੇ ਵਰਖਾ ਨਹੀਂ ਹੁੰਦੀ ਹੈਗੀ ਫਿਰ ਇੱਥੇ ਲੂਹ ਜਿਹੜੀ ਚੱਲਦੀ ਹੈ ਇੱਕ ਗਰਮ ਹਵਾ ਦਾ ਨਾਮ ਹੈ ਲੂਹ ਜਿਹੜੀ ਕਿ ਉੱਤਰ ਪੱਛਮੀ ਭਾਰਤ ਦੇ ਵਿੱਚ ਚੱਲਦੀ ਹੈਗੀ ਹੈਗੀ ਸੋ ਇਹ ਕੁਐਸਚਨ ਵੀ ਬੜੇ ਵਾਰ ਆਉਂਦਾ ਹੁੰਦਾ ਹੈ ਕਿ ਲੂਹ ਕੀ ਹੈ ਤਾਂ ਲੂਹ ਇੱਕ ਗਰਮ ਹਵਾ ਹੈਗੀ ਹੈ ਜੋ ਕਿ ਉੱਤਰ ਪੱਛਮੀ ਭਾਰਤ ਦੇ ਵਿੱਚ ਚੱਲਦੀ ਹੈਗੀ ਹੈਗੀ ਠੀਕ ਹੈ ਜੋ ਕਿ ਲੋਕਾਂ ਦੇ ਲਈ ਕਾਫੀ ਨੁਕਸਾਨਦੇਹ ਹੁੰਦੀ ਹੈ ਬਹੁਤ ਸਾਰੇ ਵਿਅਕਤੀ ਨੂੰ ਹੀ ਬਿਮਾਰ ਕਰ ਦਿੰਦੀ ਹੈ ਬੱਚਿਆਂ ਤੇ ਬਜ਼ੁਰਗਾਂ ਉਪਰ ਕਾਫੀ ਅਸਰ ਪਾਉਂਦੀ ਹੈਗੀ ਹੈ ਜੀ ਨੈਕਸਟ ਹੈ ਜੀ ਤੀਸਰੀ ਰੁੱਤ ਜਿਹਨੂੰ ਮੌਨਸੂਨ ਦੀ ਰੁੱਤ ਕਹਿੰਦੇ ਹੈਗੇ ਨੇ ਸੋ ਇਹ ਮੱਧ ਜੂਨ ਤੋਂ ਸ਼ੁਰੂ ਹੁੰਦੀ ਹੈ ਤੇ ਸਤੰਬਰ ਤੱਕ ਚੱਲਦੀ ਹੈਗੀ ਹੈ ਜੀ ਸੋ ਇਸ ਨੂੰ ਵਰਖਾ ਦੇ ਰੁੱਤ ਕਿਹਾ ਜਾਂਦਾ ਹੈ ਕਿਉਂਕਿ ਤਕਰੀਬਨ ਪੂਰੇ ਭਾਰਤ ਦੇ ਵਿੱਚ ਆਪਣਾ ਅਸਰ ਦਿਖਾਉਂਦੀ ਹੈਗੀ ਆ ਤੇ ਉੱਤਰ ਪੱਛਮੀ ਭਾਰਤ ਜਿਹੜਾ ਹੈ ਉੱਥੇ ਵੀ ਇਹ ਵਰਖਾ ਕਰਨ ਦੇ ਵਿੱਚ ਮਦਦ ਕਰਦੀ ਹੈਗੀ ਆ ਸਵੇ ਸਮੇਂ ਦੇ ਵਿੱਚ ਦੱਖਣ ਪੱਛਮੀ ਦਿਸ਼ਾ ਤੋਂ ਚੱਲਣ ਵਾਲੀਆਂ ਨਮੀਦਾਰ ਪੌਣਾ ਨੂੰ ਦੱਖਣ ਪੱਛਮੀ ਮੌਨਸਨ ਜਿਹੜਾ ਆਖਿਆ ਜਾਂਦਾ ਹੈਗਾ ਔਰ ਇਹ ਪੌਣਾ ਭਾਰਤ ਦੇ ਵਿੱਚ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੋਨਾਂ ਛਖਾਵਾਂ ਦੇ ਵਿੱਚੋਂ ਚੱਲ ਰਹੀਆਂ ਹੈਗੀਆਂ ਨੇ ਜਿਸ ਕਰਕੇ ਇਹ ਭਾਰਤ ਦੇ ਪੂਰੇ ਇਲਾਕੇ ਦੇ ਵਿੱਚ ਵਰਖਾ ਕਰਨ ਦੇ ਵਿੱਚ ਮਦਦ ਕਰਤੀਆਂ ਹੈਗੀਆਂ ਨੇ ਔਰ ਇਹ ਪੌਣਾ ਜਿਹੜੀਆਂ ਪੂਰੇ ਦੇ ਪੂਰੇ ਪਾਣੀ ਦੇ ਨਾਲ ਭਰੀਆਂ ਹੁੰਦੀਆਂ ਨੇ ਜਿਸ ਕਰਕੇ ਵੱਡੀ ਮਾਤਰਾ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਵਰਖਾ ਇਹ ਕਰਦੀਆਂ ਹੈਗੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਗਰਮੀਆਂ ਦੇ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੀਆਂ ਤੁਸੀਂ ਅੈਰੋਜ਼ ਦੇਖ ਰਹੇ ਸੀ ਕਿ ਉਹ ਇਸ ਤਰੀਕੇ ਨਾਲ ਮੂਵ ਹੁੰਦੇ ਸੀਗੇ ਬਟ ਹੁਣ ਜਿੱਦਾਂ ਹੀ ਗਰਮੀ ਦਾ ਮੌਸਮ ਸ਼ੁਰੂ ਹੋਇਆ ਉਸ ਤੋਂ ਲੰਘਿਆ ਹੈ ਤਾਂ ਉਹ ਜਿਹੜੀਆਂ ਇਹ ਵਿੰਡਸ ਸੀਗੀਆਂ ਹੁਣ ਸਾਊਥ-ਵੈਸਟ ਮੌਨਸਨ ਜਿਹੜੀਆਂ ਮੂਵ ਕਰਨ ਲੱਗੀਆਂ ਠੀਕ ਹੈ ਭਾਰਤ ਦੇ ਵੱਲ ਇਸ ਤਰੀਕੇ ਦੇ ਨਾਲ ਇਹ ਅਰਬੀਅਨ ਸੀ ਦੇ ਵਿੱਚੋਂ ਹੈ ਔਰ ਇਹ ਬੇਬਕ ਬੰਗਾਲ ਦੇ ਵਿੱਚੋਂ ਇਸ ਤਹਾ ਹੀ ਪੂਰੇ ਭਾਰ ਦੇ ਵਿੱਚ ਕਹਿ ਸਕਦੇ ਹਾਂ ਬਰਖਾ ਕਰਨ ਦੇ ਵਿੱਚ ਮਦਦ ਕਰਦੀਆਂ ਹੈਗੀਆਂ ਨੇ ਤੁਸੀਂ ਇੱਕ ਮੈਪ ਦੇ ਥਰੂ ਵੀ ਅਸੀਂ ਇਸ ਨੂੰ ਸਮਝ ਸਕਦੇ ਹਾਂ ਉਸ ਇਸ ਲੱਗੇ ਦੇ ਵਿੱਚ ਟ੍ਰੇਡ ਵਿੰਡ ਜਿਹੜੀਆਂ ਉਹ ਸਰਦੀਆਂ ਦੇ ਵਿੱਚ ਚਲਦੀਆਂ ਹੁੰਦੀਆਂ ਹੈਗੀਆਂ ਨੇ ਨੈਕਸਟ ਹੈ ਚੌਥਾ ਸੂ ਪਰਤ ਦੀ ਮੌਨਸੂਨ ਦੀ ਰੁੱਤ ਸੋ ਇਹ 1 ਅਕਤੂਬਰ ਤੋਂ ਨਵੰਬਰ ਤੱਕ ਦਾ ਸਮਾਂ ਹੁੰਦਾ ਹੈ ਇਸ ਦੇ ਵਿੱਚ ਜਿਹੜੀਆਂ ਮੌਨਸੂਨ ਪੂਰਾ ਪਾਉਣਾ ਚੱਲਦੀਆਂ ਸੀ ਹੁਣ ਇਹ ਵਾਪਸੀ ਵੱਲ ਆ ਗਏ ਆ ਲਾਸਟ ਆਪਾਂ ਦੇਖਿਆ ਕਿ ਇਹ ਕਿਸ ਤਰੀਕੇ ਦੇ ਨਾਲ ਐਂਟਰੀ ਕਰਈਆਂ ਨੇ ਭਾਰ ਦੇ ਵਿੱਚ ਠੀਕ ਹੈ ਓਸ਼ਣ ਦੇ ਵੱਲੋਂ ਕਿੱਧਰ ਨੂੰ ਮੂਵ ਕਰ ਰਹੀ ਚ ਨੇ ਲੈਂਡਕਾਲ ਨੂੰ ਬਟ ਹੁਣ ਇਸ ਤੋਂ ਕੀ ਹੈ ਇਹ ਉਲਟ ਹੋ ਜਾਵੇਗਾ ਹੁਣ ਇਸ ਤਰੀਕੇ ਦੇ ਨਾਲ ਇਹ ਵਾਪਸ ਮੂਵ ਕਰਨੀਆਂ ਸੋ ਇਸੇ ਰੁੱਤ ਨੂੰ ਕੀ ਕਹਿੰਦੇ ਹੈਗੇ ਨੇ ਕਿ ਪਰਤ ਦੀ ਮੌਨਸੂਨ ਸੋ ਇਹਦਾ ਸਮਾਂ ਜਿਹੜਾ ਹੁੰਦਾ ਹੈ ਅਕਤੂਬਰ ਤੋਂ ਨਵੰਬਰ ਤੱਕ ਦਾ ਹੁੰਦਾ ਹੈਗਾ ਸੋ ਇਸ ਸਮੇਂ ਦੇ ਦੌਰਾਨ ਜਿਹੜਾ ਉੱਤਰੀ ਭਾਰਤ ਦਾ ਆਕਾਸ਼ ਲਗਭਗ ਸਾਫ਼ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਨਮੀ ਦੀ ਮਾਤਰਾ ਜਿਹੜੀ ਉਹ ਘਟ ਹੋ ਜਾਂਦੀ ਹੈ ਬਟ ਇੱਕ ਸੁਹਾਵਣਾ ਮੌਸਮ ਜਿਹੜਾ ਉਹ ਕ੍ਰੀਏਟ ਹੋ ਜਾਂਦਾ ਹੈ ਸਮੇਂ ਦੇ ਦੌਰਾਨ ਨਾ ਜ਼ਿਆਦਾ ਗਰਮੀ ਅਤੇ ਨਾ ਹੀ ਜ਼ਿਆਦਾ ਸਰਦੀ ਇਸ ਸਮੇਂ ਦੇ ਦੌਰਾਨ ਹੁੰਦੀ ਹੈ ਉੱਤਰੀ ਭਾਰਤ ਦੇ ਵਿੱਚ ਪਰੰਤੂ ਬੰਗਾਲ ਦੀ ਖਾੜੀ ਦੇ ਦੱਖਣੀ ਭਾਗ ਤੋਂ ਚੱਕਰਵਾਤ ਉੱਠ ਕੇ ਪੂਰਬੀ ਤੱਟ ਦੇ ਉੱਪਰ ਪੂਰਬੀ ਤੱਟ ਦੇ ਵੱਲ ਵਾਦੇ ਹੈਗੇ ਨੇ ਤੇ ਭਾਰੀ ਵਰਖਾ ਜਿਹੜੀ ਉਹ ਕਰਦੇ ਹੈਗੇ ਨੇ ਬੰਗਾਲ ਦੀ ਖਾੜੀ ਵਾਲੇ ਯਾਨੀ ਕਿ ਪੂਰਬੀ ਜਿਹੜਾ ਟਾਟ ਆ ਜਾਂਦਾ ਪਰਦਾ ਉੱਥੇ ਇਸੇ ਦੇ ਨਾਲ ਕਾਫੀ ਸਾਰਾ ਜਾਨੀਮਾਲੀ ਜਿਹੜਾ ਨੁਕਸਾਨ ਹੁੰਦਾ ਹੈਗਾ ਜਿਸ ਕਰਕੇ ਲੋਕਾਂ ਨੂੰ ਕਾਫੀ ਜਿਹੜੀ ਡਿਸਟਰਬੈਂਸ ਹੁੰਦੀ ਹੈ ਅਤੇ ਬੰਗਾਲ ਦੀ ਖਾੜੀ ਤੋਂ ਲੰਘਦੇ ਸਮੇਂ ਨਮੀ ਨਾਲ ਭਰੀਆਂ ਹੋਣ ਕਰਨ ਇਹ ਉੱਤਰ ਪੂਰਬੀ ਮੌਨਸੂਨ ਪਾਉਣਾ ਤਾਮਨ ਲਾਡੂ ਦੇ ਵਿੱਚ ਵੀ ਭਾਰੀ ਵਰਖਾ ਜਿਹੜੀਆਂ ਉਹ ਕਰਦੀਆਂ ਹੈਗੀਆਂ ਨੇ ਸੋ ਅੱਜ ਦੇ ਸੈਸ਼ਨ ਦੇ ਵਿੱਚ ਇਨਾ ਹੀ ਸੋ ਨੈਕਸਟ ਪਾਰਟ ਦੇ ਵਿੱਚ ਆਪਾਂ ਪੈਸਟੋ ਥੋੜਾ ਜਿਹਾ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਸੋ ਆਸ ਕਰਦਾ ਕਿ ਸੈਸ਼ਨ ਤੁਹਾਡੇ ਲਈ ਹੈਲਪਫੁਲ ਰਿਹਾ ਹੋਗਾ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ 26 ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਥੈਂਕ ਯੂ ਸੋ ਮੱਚ